ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਕੋ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਜੋ ਕਿ ਅਗਰ 1 ਅਗਸਤ ਕੋ ਨਨਕਾਣਾ ਸਾਹਿਬ ਪਾਕਿਸਤਾਨ ਦੀ ਧਰਤੀ ਸੇ शुरू होकर तीन तारीख को श्री गुरु नानक देव जी के चरण छो प्राप्त तो बटाला की धरती पहुंचेगा लेकिन इस महानगर कीर्तन का स्वागत बटाला की क्या ऐसी सड़कें करेंगी जिनमें खड्डे पड़े हुए हैं और जगह जगह से टूटी हुई हैं जगह जगह से गंदे पानी से भरी पड़ी है लेकिन बटाला प्रशासन है कि की नींद सोता दिखाई दे रहा है नगर कीर्तन के स्वागत को लेकर एस सदस्य गुरविंदर पाल सिंह गोरा की अगुवाई में एस की एक टीम ने जब बटाला की उन सड़कों का जायजा लिया यहाँ से नगर कीर्तन गुजरना है तो सड़कों पर खड़े गंदे पानी और खड्डे को देखकर उनका कहना था कि पाकिस्तान के ननकाना साहिब से 1 अगस्त को शुरू होने जा रहा नगर कीर्तन अटारी बॉर्डर से भारत में प्रवेश करेगा और डेरा बाबा नानक से होता हुआ तीन अगस्त को श्री गुरु नानक देव जी के ससुराल शहर बटाला में पहुंचेगा लेकिन दुख की बात यह है कि बटाला की वह सभी सड़कें यहां से ये नगर कीर्तन निकल कर आगे के सफर पर जाएगा वह सभी सड़कें टूटी हुई हैं और जगह जगह पर खड्डे पड़े दिखाई दे रहे हैं जिनमें गंदा पानी खड़ा है और जगह जगह कूड़े के ढेर लगे हुए हैं सीवरेज के ढक्कन टूटे हुए हैं और पंजाब सरकार समेत बटाला प्रशासन कुम करने की नींद सोता दिखाई दे रहा है उन्होंने पंजाब सरकार से अपील की है कि इन सड़कों को फिलहाल आजी तौर पर जल्द से जल्द दुरुस्त किया जाए ताकि पंजाब सरकार की किरकरी न हो बटाला से सुखवीर सोखी की खास रिपोर्ट पड़ो। पड़ो। ਉਹ ਰੂਟ ਦੇ ਸਬੰਧ ਵਿੱਚ ਮੇਰੀ ਜਿਹੜੀ ਸਾਡੀ ਟੀਮ ਬਣੀ ਉਹਦੇ ਵਿੱਚ ਮੇਰੀ ਡਿਊਟੀ ਹੈ ਇਸ ਹਾਲ ਕਦੋਂ ਮੈਂ ਮੈਂਬਰ ਵੀ ਆ ਡੇਰਾ ਬਾਬਾ ਨਾਨਕ ਤੋਂ ਜਿਹੜਾ ਨਗਰ ਕੀਰਤਨ 2 ਤਰੀਕ ਨੂੰ ਰਾਤ ਇੱਥੇ ਠਹਿਰਨਾ ਡੇਰੇ ਬਾਬੇ ਨਾਨਕ ਜਿਹੜਾ ਪਾਕਿਸਤਾਨ ਤੋਂ ਚੱਲ ਕੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਆ ਰਿਹਾ ਉਹ ਡੇਰੇ ਬਾਬੇ ਨਾਨਕ ਤੋਂ 3 ਤਰੀਕ ਨੂੰ ਸਵੇਰੇ ਚੱਲ ਕੇ ਬਟਾਲੇ ਵੱਲ ਨੂੰ ਬਟਾਲੇ ਦੀ ਧਰਤੀ ਤੋਂ ਹੋ ਕੇ ਗੁਰਦੁਆਰਾ ਬਾੜਸਾ ਪਹੁੰਚਣਾ ਅੱਜ ਇਸ ਰੂਟ ਨੂੰ ਵੇਖਣ ਲਈ ਜਦੋਂ ਅਸੀਂ ਆਏ ਆ ਤੇ ਡੇਰਾ ਬਾਬਾ ਨਾਨਕ ਬਾਈਪਾਸ ਤੋਂ ਚੱਲ ਕੇ ਜਿਹੜਾ ਅੱਗੇ ਮਾਨ ਨਗਰ ਤੋਂ ਅੱਗੇ ਤੱਕ ਇੰਨਾ ਮਾੜਾ ਹਾਲ ਆ ਸੜਕਾਂ ਦਾ ਮੈਂ ਨਾ ਕੋਈ ਪ੍ਰਸ਼ਾਸਨ ਜਿਹੜਾ ਕੁੰਬ ਦੀ ਨੀਂਦ ਸੁੱਤਾ ਪਿਆ ਸਰਕਾਰ ਨੂੰ ਪਤਾ ਹੈ ਰੋਜ਼ ਅਖਬਾਰਾਂ ਚ ਆ ਰਹੇ ਨੇ ਰੂਟ ਆ ਰਹੇ ਨੇ ਇੱਕ ਦੋ ਸਰਹੱਦਾਂ ਤੋਂ ਪਾਰ ਇੱਕ ਮਹਾਨ ਨਗਰ ਕੀਰਤਨ ਉਸ ਧੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਦੁਨੀਆ ਦਾ ਆਧਾਰ ਕੀਤਾ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਾਲਾ ਉਹਨਾਂ ਦੀ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਉਹ ਨਗਰ ਕੀਰਤਨ ਆਉਣਾ ਹੈ ਔਰ ਦੂਜੇ ਮੁਲਕ ਜੋ ਪਾਕਿਸਤਾਨ ਤੋਂ ਚੱਲ ਕੇ ਆਉਣਾ ਹੈ ਔਰ ਜਿਹੜੇ ਲੋਕ ਨਾਲ ਆਉਣੇ ਨੇ ਉਹ ਇਹ ਬਟਾਲੇ ਦੀ ਧਰਤੀ ਤੋਂ ਜੋ ਲੰਘਣਗੇ ਮੈਂ ਸਮਝਦਾ ਉਹ ਸਰਕਾਰ ਦੀਆਂ ਏਡੀਆਂ ਵੱਡੀਆਂ ਨਾਕਾਮੀਆਂ ਨੂੰ ਜਾਂ ਇਹਨਾਂ ਪਾਣੀ ਦੇ ਵਿਚੋੜਾ ਨੂੰ ਜੋ ਲੰਘਣਾ ਪਏਗਾ ਮੈਂ ਸਮਝਦਾ ਸਾਰੇ ਸਾਨੂੰ ਲੋਕਾਂ ਨੂੰ ਸ਼ਰਮ ਆਏਗੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਇਹ ਤੁਹਾਡਾ ਸਾਹਮਣੇ ਮੰਡੀ ਬੋਰਡ ਦਾ ਦਫ਼ਤਰ ਹੈ ਅਗਲੇ ਬੰਨੇ ਦਾਣਾ ਮੰਡੀ ਹੈ ਅਗਲੇ ਬੰਨੇ ਪੋਲ ਲੱਗਦਾ ਹੈ ਇੰਨਾ ਮਾੜਾ ਰਸਤਾ ਦੂਆ ਆਪਣੇ ਮਿੱਟੀ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਲੱਗੇ ਨੇ ਪਾਣੀ ਦੇ ਛੱਪੜ ਬਣੇ ਨੇ ਲਾਗਿਓ ਕੋਈ ਲੰਘ ਨਹੀਂ ਸਕਦਾ ਗੱਡੀ ਲੰਘਦੀ ਹੈ ਤੇ ਲੋਕਾਂ ਦੇ ਕੱਪੜਿਆਂ ਦੇ ਉੱਤੇ ਚਿੱਕੜ ਪੈ ਰਿਹਾ ਹੈ ਛਿੱਟੇ ਪੈ ਰਹੇ ਨੇ ਤੇ ਦੁਕਾਨਦਾਰ ਵੀ ਆਲੇ-ਦੁਆਲੇ ਦੇ ਇੰਨੇ ਦੁਖੀ ਨੇ ਮੈਂ ਜੀ ਇਹ ਇਹ ਤੇ ਸਰਕਾਰ ਨੂੰ ਆਪ ਹੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਜਦੋਂ ਬਾਹਰ ਦੇ ਦੇਸ਼ਾਂ ਤੋਂ ਇੱਥੋਂ ਪੰਜਾਬ ਦੀ ਧਰਤੀ ਤੋਂ ਲੋਕਾਂ ਨੇ ਆਉਣਾ ਧਾਨਗੁਰ ਗ੍ਰੰਥ ਸਾਹਿਬ ਦੀ ਪਾਲਕੀ ਲੰਘਣੀ ਹੈ ਪੰਜ ਪਿਆਰੇ ਲੰਘਣੇ ਆ ਫਿਰ ਐਡਾ ਮਾੜਾ ਰਸਤਾ ਮੈਂ ਸਮਝਣਾ ਇਹਨਾਂ ਦਾ ਕੋਈ ਲੀਡਰ ਸ਼ਾਇਦ ਸਰਕਾਰ ਦਾ ਲੰਘਣਾ ਹੋਵੇ ਤੇ ਇਹ ਰਸਤੇ ਉਦੋਂ ਪਹਿਲਾਂ ਇਹ ਸ਼ਾਮ ਤੱਕ ਠੀਕ ਕਰ ਲੈਣ ਪਰ ਇੱਕ ਧੰਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਜਿਹੜਾ 3 ਤਰੀਕ ਨੂੰ ਇੱਥੋਂ ਲੰਘ ਕੇ ਜਾ ਰਿਹਾ ਅੱਜ ਦੇ ਤਰੀਕ ਤੱਕ ਪ੍ਰਸ਼ਾਸਨ ਜੀ ਨੂੰ ਅਸੀਂ ਪਹਿਲਾਂ ਲਿਖ ਕੇ ਦੇ ਚੁੱਕੇ ਹਾਂ ਕਿ ਤੁਹਾਡੇ ਰਸਤਿਆਂ ਦੇ ਵਿੱਚ ਖਰਾਬੀ ਇਹਨੂੰ ਠੀਕ ਕਰਵਾਇਆ ਜਾਵੇ ਸਾਨੂੰ ਭਰੋਸਾ ਦੇਣ ਦੇ ਬਾਵਜੂਦ ਟੈਂਡਰ ਲਾ ਕੇ ਮੈਂ ਸਮਝਦਾ ਹਾਂ ਇਹ ਢੀ ਵੱਡੀ ਲੁੱਟ ਖਸੁੱਟ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਮੈਂ ਅੱਜ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਅਜੇ ਤੜਕ ਔਰ ਇਹਨਾਂ ਰਸਤਿਆਂ ਨੂੰ ਸਵਾਰ ਦਿੱਤਾ ਜਾਵੇ ਤਾਂ ਕਿ ਤੁਹਾਡੀ ਬਾਹਰ ਤੋਂ ਆਏ ਹੋਏ ਲੋਕਾਂ ਦੇ ਵਿੱਚ ਵੀ ਸ਼ੋਭਾ ਜਾਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਲਕੀ ਲੰਗਣੀ ਉਹਦੀ ਅਸੀਸ ਵੀ ਤੁਹਾਨੂੰ ਮਿਲ ਸਕੇ। ਬੜੇ ਦੁਖ ਨਾਲ ਕਹਿਣਾ ਪੈ ਰਿਹਾ ਕਿ ਸ੍ਰੀ ਗੁਰੂ ਲਾਣਕ ਦੇਵ ਜੀ ਦੀ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਜੋ ਇਥੋਂ 3 ਅਗਸਤ ਨੂੰ ਬਟਾਲਾ ਸ਼ਹਿਰ ਵਿਖੇ ਆ ਰਹੇ ਨੇ ਰਸਤਿਆਂ ਦਾ ਇੰਨਾ ਮਾੜਾ ਹਾਲ ਬਟਾਲੇ ਸ਼ਹਿਰ ਦੇ ਅੰਦਰ ਐਂਟਰ ਹੋਣ ਸਮੇਂ ਹੀ ਸਭ ਤੋਂ ਮਾੜਾ ਹਾਲ ਬਟਾਲੇ ਸ਼ਹਿਰ ਦੀ ਐਂਟਰੀ ਦਾ ਜਿੱਥੋਂ ਲੋਕਾਂ ਨੇ ਲੰਘਣਾ ਹੈ ਨਗਰ ਕੀਰਤਨ ਨੇ ਲੰਘਣਾ ਹੈ ਬਹੁਤ ਹੀ ਮਾੜੇ ਹਾਲਾਤ ਨੇ ਮੈਂ ਇਸ ਸਾਰੇ ਰਸਤੇ ਦੇ ਇਸ ਸਾਰੇ ਪ੍ਰਬੰਧਾ ਸਬੰਧੀ ਐਡੀਐਮ ਸਾਹਿਬ ਨੂੰ ਮਿਲ ਚੁੱਕਿਆ ਆਪਣੇ ਸਾਥੀਆਂ ਸਮੇਤ ਮਿਲ ਚੁੱਕਿਆ ਉਹਨਾਂ ਨੂੰ ਲਿਖਤੀ ਰੂਪੇ ਵੀ ਦੇ ਬੈਠਾ ਹਾਂ ਭਾਵੇਂ ਐਡੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਸਖਤ ਹੁਕਮ ਦਿੱਤੇ ਹਨ ਕਿ ਇਹ ਸੜਕਾਂ ਦੇ ਰੂਟ ਸਾਫ ਸਫਾਈ ਸੜਕਾਂ ਜਿਹੜੀਆਂ ਬਣਾ ਦਿੱਤੀਆਂ ਜਾਣ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੇਰੇ ਖਿਆਲ ਐ ਏ.ਡੀ.ਐਮ ਸਾਹਿਬ ਦੇ ਕੋਈ ਆਖੇ ਹੀ ਨਹੀਂ ਲੱਗ ਰਿਹਾ ਅਫਸਰ ਉਹ ਸਿਰਫ ਕਾਗਜ਼ੀ ਪੱਤਰੀ ਦਾ ਕੀ ਸੜਕਾਂ ਬਣੀਆਂ ਰਹਿ ਗਈਆਂ ਨੇ ਇਹ ਉਹ ਜਿੰਨੇ ਵੀ ਅਫਸਰ ਨੇ ਜੋ ਸੜਕਾਂ ਵਿਭਾਗ ਨਾਲ ਸੰਬੰਧਿਤ ਨੇ ਉਹ ਸਿਰਫ ਕੁਰਸੀਆਂ ਦੇ ਬੈਠ ਕੇ ਆਨੰਦ ਲੈ ਰਹੇ ਆ ਪਰ ਮੈਂ ਸਮਝਦਾ ਇਹ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਸਰਕਾਰ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਹੋਣੀ ਹੈ ਮੈਂ ਉਹਨਾਂ ਨੂੰ ਅਪੀਲ ਕਰਨਾ ਇਹ ਦੋ ਦਿਨ ਬਾਕੀ ਰਹਿੰਦੇ ਨੇ ਨਗਰ ਕੀਰਤਨ ਦੇ ਬਟਾਲੇ ਪਹੁੰਚਦੇ ਉਹ ਆਪਣੀਆਂ ਕੁਰਸੀਆਂ ਛੱਟ ਕੇ ਆਪਣੀਆਂ ਅਹੁਦੇਦਾਰੀਆਂ ਛੱਟ ਕੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਜੋ ਨਗਰ ਕੀਰਤਨ ਆਉਂਦਿਆ ਉਹਦੇ ਰਸਤੇ ਦਾ ਸੋਚਣ ਉਸਦੇ ਰਸਤੇ ਨੂੰ ਭਾਵੇਂ ਪਾਰਟ ਟਾਈਮ ਹੀ ਸੁਧਾਰ ਕੀਤਾ ਜਾਵੇ ਉਹਨੂੰ ਜਲਦ ਤੋਂ ਜਲਦ ਸੁਧਾਰ ਕੀਤਾ ਜਾਵੇ ਪਰ ਸਰਕਾਰ ਦੇ ਕੰਮ ਤੇ ਕੋਈ ਜੂ ਨਹੀਂ ਸਰ ਕਰੇ